ਮਾਲਵਾ ਬੈਟਲਾਈਫ ਦੇਖ ਰਹੇ ਸਾਰੇ ਹੀ ਮੇਰੇ ਵੀਰ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੁਹਾਡੇ ਲਈ ਇੱਕ ਇਨਫੋਰਮੇਸ਼ਨ ਲੈ ਕੇ ਆਇਆ ਮੇਰੇ ਬਹੁਤੇ ਵੀਰਾਂ ਨੂੰ ਇੰਤਜ਼ਾਰ ਹੈ ਕਿ ਕਦੋਂ ਆਪਣਾ ਰਿਜ਼ਲਟ ਰਿਲੀਜ਼ ਹੋਵੇਗਾ ਜਿਹੜੇ ਕਿ ਆਪਾਂ 14 15 ਤੇ 16 ਤਰੀਕ ਨੂੰ ਆਪਾਂ ਪੇਪਰ ਦਿੱਤਾ ਸੀਗਾ ਪੰਜਾਬ ਪੁਲਿਸ ਦੇ ਹਨਾ ਜੀ ਤੇ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਕਿ ਵਿਥਿਨ 15 ਡੇਜ਼ ਦੇ ਵਿੱਚ ਆਪਣਾ ਜਿਹੜੀ PDF ریلیز ਹੋ جانی ہے ਜਿਹੜੀ ਰਿਜ਼ਲਟ ਦੀ ਠੀਕ ਹੈ ਜੀ ਉਹ ਤੁਹਾਨੂੰ ਇਸੇ ਪੋਰਟਲ ਤੇ ਦੇਖਣ ਨੂੰ ਮਿਲੇਗੀ ਪੰਜਾਬ ਪੁਲਿਸ ਅਫੀਸ਼ੀਅਲ ਜਿਹੜੀ ਵੈਬਸਾਈਟ ਹੈ ਠੀਕ ਹੈ ਜੀ ਤੇ ਤੁਹਾਨੂੰ ਜਿਹੜਾ ਹੈਗਾ ਕਿ ਤੁਹਾਨੂੰ ਐਡਮਿਟ ਕਾਰਡ ਤੇ ਜਿਹੜਾ ਰੋਲ ਨੰਬਰ ਵਗੈਰਾ ਜਿਹੜਾ ਵੀ ਮੰਨ ਲਓ ਕਿ ਤੁਹਾਨੂੰ ਮਿਲਿਆ ਸੀ ਉਸ ਦੇ ਅਕੋਰਡਿੰਗ ਤੁਸੀਂ ਆਪਣਾ ਚੈੱਕ ਕਰ ਲੈਣਾ ਤੇ ਨਾਮ ਦੇ ਅਕੋਰਡਿੰਗ ਤੇ ਆਪਣੇ ਫਾਦਰ ਦਾ ਨਾਮ ਕੰਪੇਅਰ ਕਰਕੇ ਤੇ ਜਿਵੇਂ ਕਿ ਹੁਣ ਕੁਐਸਚਨ ਪੇਪਰ ਤੇ ਅਨਸਰ ਕੀ ਹਜੇ ਆਈ ਹੋਈ ਹੈ ਇਹ ਤੁਸੀਂ ਤੁਹਾਨੂੰ ਤਾਂ ਹੀ ਹੈ ਵੀ ਤੁਸੀਂ ਚੈੱਕ ਕਰ ਲਵੋ ਵੀ ਤੁਹਾਡੇ ਅਨਸਰ ਸਹੀ ਹੈ ਜੇ ਅਗਰ ਕੋਈ ਆਬਜੈਕਸ਼ਨ ਵੀ ਹੁੰਦਾ ਕਿਸੇ ਕੁਐਸਚਨ ਦੇ ਵਿੱਚ ਤੇ ਉਹ ਮਾਰਕਸ ਤੁਹਾਡੇ ਐਡ ਅਪ ਹੋ ਜਾਣਗੇ ਨਾਰਮਲਾਈਜ਼ ਹੋ ਕੇ ਤੇ ਤੁਹਾਨੂੰ ਮਿਲ ਜਾਣਗੇ ਠੀਕ ਹੈ ਜੀ ਇਦਾਂ ਨੂੰ ਸੋਚਿਓ ਵੀ ਇੱਕ ਅੱਧਾ ਕੁਐਸਚਨ ਸਾਡਾ ਗਲਤ ਹੈ ਜਾਂ ਸਾਨੂੰ ਆਊਟ ਆਫ ਸਿਲੇਬਸ ਆਇਆ ਹੈ ਤੇ ਜਾਂ ਫਿਰ ਕੋਈ ਵੀ ਗੜਬੜ ਹੋ ਜਾਂਦੀ ਹੈ ਕੁਐਸਚਨ ਦੇ ਦੋ ਆਨਸਰ ਲੱਗਦੇ ਆ ਤੇ ਤੁਹਾਨੂੰ ਉਹਦੇ ਮਾਰਕਸ ਮਿਲ ਜਾਣਗੇ ਜੇਕਰ ਤੁਹਾਨੂੰ ਲੱਗਦਾ ਹੈ ਤੁਹਾਡੇ ਨਾਲ ਕੋਈ ਵੀ ਤੱਕਾ ਹੋਇਆ ਹੈ ਮਤਲਬ ਕਿ ਨੰਬਰ ਤੁਹਾਨੂੰ ਕੱਟ ਦਿੱਤੇ ਹੈ ਤੁਹਾਡੀ ਆਨਸਰ ਕੀ ਦੇ ਅਕੋਰਡਿੰਗ ਇੰਨੇ ਬੰਦੇ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਲਓ ਆਨਸਰ ਕੀ ਦਾ ਤੇ ਉਸ ਕੁਐਸਚਨ ਪੇਪਰ ਦਾ ਵੀ ਜਿੱਥੇ ਉਹ ਕੁਐਸਚਨ ਆਇਆ ਸੀ ਤੇ ਉਸ ਨੂੰ ਤੁਸੀਂ ਕੋਰਟ ਦੇ ਥਰੂ ਤੁਸੀਂ ਗਵਰਨਮੈਂਟ ਨੂੰ ਇੱਕ ਰਿਟ ਪਾ ਸਕਦੇ ਹੋ ਜਿਸ ਕਰਕੇ ਤੁਹਾਡਾ ਜਿਹੜੇ ਮਾਰਕਸ ਵੀ ਓਕੇ ਹੋ ਜਾਣਗੇ ਵੀ ਤੁਹਾਨੂੰ ਲੱਗਦਾ ਜੇ ਕਾਫੀ ਮਤਲਬ ਕਿ ਕੰਪੈਰੀਜ਼ਨ ਕਰੇ ਤਾਂ ਉਹ ਤੁਹਾਡਾ ਕਾਫੀ ਮਤਲਬ ਜੋੜ ਬੰਦਾ ਹੈ ਮਾਰਕਸ ਦਾ ਤਾਂ ਫਿਰ ਤੁਸੀਂ ਆਰਾਮ ਨਾਲ ਕੋਰਟ ਦੀ ਹੈਲਪ ਲੈ ਕੇ ਤੁਸੀਂ ਗਵਰਨਮੈਂਟ ਨੂੰ ਮਤਲਬ ਕਿ ਜਨਰਲਾਈਜ਼ ਕਰ ਸਕਦੇ ਹੋ ਸੋ ਦੂਜੀ ਗੱਲ ਇਹ ਹੈ ਮੇਰੇ ਵੀਰੋ ਵੀ ਤੁਸੀਂ ਜਿਹੜਾ ਐਗਜ਼ਾਮ ਦਾ ਰਿਜ਼ਲਟ ਆਵੇਗਾ ਉਸ ਦੇ ਵਿੱਚ ਜਿਹੜੀ ਪਰਸੈਂਟੇਜ ਹਜੇ ਬਣੇਗੀ ਤੇ ਜਦੋਂ ਪਰਸੈਂਟੇਜ ਬਣੇਗੀ ਫਿਰ ਜਾ ਕੇ ਤੁਹਾਨੂੰ ਮਤਲਬ ਕਿ ਅਨਾਉਂਸ ਹੋਏਗਾ ਵੀ ਇੰਨੀ ਪਰਸੈਂਟੇਜ ਵਾਲੇ ਫਿਜ਼ੀਕਲ ਟ੍ਰਾਇਲ ਲਈ ਤਿਆਰ ਹਨ ਠੀਕ ਹੈ ਜੀ ਕਿਉਂਕਿ ਇਦਾਂ ਨਹੀਂ ਆਪਾਂ ਵੀ ਨਰਮਲਾਈਜੇਸ਼ਨ ਹੋ ਕੇ ਤੁਹਾਡੇ ਸਾਰਿਆਂ ਦੇ 70 ਜਾਂ 80 ਦੇ ਕਰੀਬ ਬੰਦੇ ਹੈ ਕਈ ਮੇਰੇ ਵੀਰਾਂ ਦੇ ਵੀ ਤੁਸੀਂ ਸੋਚੋ ਵੀ ਤੁਹਾਡਾ ਮਾਰਕਸ ਆ ਗਿਆ ਤੇ ਮਤਲਬ ਤੁਹਾਡਾ ਫਿਜ਼ੀਕਲ ਟ੍ਰਾਇਲ ਠੀਕ ਹੈ ਜੀ ਉਹ ਸਿਰਫ ਡਿਪੈਂਡ ਹੋਵੇਗਾ ਵੀ ਸਾਰੇ ਮਤਲਬ ਕਿ ਬੱਚਿਆਂ ਦਾ ਕੁੱਲ ਮ ਪਰਸੈਂਟੇਜ ਬੰਦੀ ਹੈ ਹਰੇਕ ਰੈਂਕ ਨੂੰ ਲੈ ਕੇ ਤੇ ਉਸ ਤੋਂ ਬਾਅਦ ਬਾਕੀ ਤੁਹਾਨੂੰ ਪਤਾ ਹੀ ਹੈ ਤੁਸੀਂ ਸਿਆਣੇ ਹੋ ਤੁਸੀਂ ਪਹਿਲਾਂ ਵੀ ਭਰਤੀਆਂ ਦਿੱਤੀਆਂ ਤੇ ਹੁਣ ਮਤਲਬ ਕੀ ਬਸ ਇਹੀ ਹੈ ਵੀ ਹੁਣ ਸ਼ੁੱਧ ਕੰਮ ਹੋਵੇਗਾ ਇਦਾਂ ਨਹੀਂ ਵੀ ਤੁਸੀਂ ਪੈਸੇ ਪੁਸੇ ਦੇ ਕੇ ਤੁਸੀਂ ਆਪਣੀ ਭਰਤੀ ਕਰਾ ਲਵੋ ਹੁਣ ਇਹਨਾਂ ਨੇ ਬਿਲਕੁਲ ਸਾਫ਼ ਤੇ ਕਲੀਅਰ ਭਰਤੀ ਕਰਨੀ ਹੈ ਤੇ ਨਾ ਹੀ ਕੋਈ ਮਤਲਬ ਕੀ ਇਦਾਂ ਵੀ ਤੁਹਾਨੂੰ ਪੈਸੇ ਦੇ ਕੇ ਮੈਡੀਕਲ ਟ੍ਰੈਲਸ ਨਿਕਲ ਜਾਂਦੇ ਸੀ ਜਿਵੇਂ ਉਹ ਵੀ ਨਹੀਂ ਹੋਣਾ ਜੋ ਤੁਹਾਡੀ ਫਿਜ਼ੀਕਲ ਫਿਟਨੈਸ ਹੋਵੇਗੀ ਉਹ ਵੀ ਚੈੱਕ ਅਪ ਹੋਵੇਗੀ ਤੇ ਤੁਹਾਡਾ ਜਿਹੜਾ ਮਾਰਕਸ ਕਰਾਈਟੇਰੀਆ ਤੇ ਤੁਹਾਡੇ ਡਾਕੂਮੈਂਟਸ ਨੂੰ ਵੀ ਜ਼ਿਆਦਾ ਦੇਖਿਆ ਜਾਵੇਗਾ ਵੀ ਇਦਾਂ ਤਾਂ ਨਹੀਂ ਕੋਈ ਮਤਲਬ ਕਿ ਜਾਲੀ ਡਿਗਰੀ ਲਿੱਤੀ ਹੋਵੇ ਜਾਂ ਜਾਲੀ ਫਿਰ ਤੁਹਾਡੀ ਪਲੱਸ 2 ਕੀਤੀ ਹੋਵੇ ਬਿਨਾ ਪੜੇ ਮਤਲਬ ਸਭ ਕੁਝ ਤੁਹਾਨੂੰ ਚੈੱਕ ਕਰਕੇ ਤੁਹਾਨੂੰ ਤਦ ਹੀ ਨੌਕਰੀ ਦਾ ਆਫੀਸ਼ਲ ਲੈਟਰ ਜਿਹੜਾ ਮਿਲੇਗਾ ਜਿਹੜਾ ਕਿ ਆਪਣਾ ਜੁਆਇਨਿੰਗ ਲੈਟਰ ਜਿਹਨੂੰ ਕਹਿ ਦਿੰਦੇ ਆ ਸੋ ਬਾਕੀ ਮੇਰੇ ਵੀਰੋ ਤੁਸੀਂ ਮੇਰੇ ਪੇਜ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਆਪਣੇ ਫਰੈਂਡਸ ਨਾਲ ਇਦਾਂ ਹੀ ਤੁਹਾਨੂੰ ਨਵੀਆਂ ਇਨਫੋਰਮੇਸ਼ਨਸ ਤੁਹਾਨੂੰ ਮਿਲਦੀਆਂ ਰਹਿਣਗੀਆਂ ਮੈਂ ਸੋਚਿਆ ਮੇਰੇ ਵੀਰਾਂ ਦੇ ਮਨਾਂ ਵਿੱਚ ਇਹੀ ਡਾਊਟ ਹੈ ਵੀ ਰਿਜ਼ਲਟ ਕਦੋਂ ਆਵੇਗਾ ਬਹੁਤ ਇੰਤਜ਼ਾਰ ਚ ਨੇ ਕਿਉਂਕਿ ਉਹਨਾਂ ਨੂੰ ਹੁਣ ਨੌਕਰੀ ਦੀ ਭਾਲ ਹੈ ਕਿਉਂਕਿ ਉਹਨਾਂ ਦੇ ਨੰਬਰ ਵੀ ਆ ਗਏ ਨੇ ਬਟ ਉਹਨਾਂ ਨੂੰ ਇਹ ਟੈਨਸ਼ਨ ਹੋਈ ਪਈ ਹੈ ਵੀ ਸਾਡਾ ਨਾਮ ਆਵੇਗਾ ਜਾਂ ਨਹੀਂ ਆਵੇਗਾ ਸੋ ਮੈਂ ਕਲੀਅਰ ਕਰ మేబీ ਮੈਨੂੰ ਲੱਗਦਾ ਹੈ ਅਗਲੇ ਹਫਤੇ ਤੱਕ ਵੀ ਆ ਸਕਦਾ ਹੈ ਤੇ ਕੰਮ ਕਾਫੀ ਤੇਜ਼ੀ ਦੇ ਚੱਲ ਰਿਹਾ ਹੈ ਵੀ ਮਤਲਬ ਕਿ 2022 ਕੰਪਲੀਟ ਹੋਣ ਤੋਂ ਪਹਿਲਾਂ ਪਹਿਲਾਂ ਤੁਹਾਡਾ ਰਿਜ਼ਲਟ ਮਤਲਬ ਕਿ ਫਿਜ਼ੀਕਲ ਟ੍ਰੈਡ ਵੀ ਲਿੱਤੇ ਜਾਣਗੇ ਤੇ ਨਾਲ ਹੀ ਤੁਹਾਡਾ ਮਤਲਬ ਜੋਇਨਿੰਗ ਲੈਟਰ ਤੁਹਾਡੀ ਜਨਵਰੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਕਰਾ ਦਿੱਤੀ ਜਾਵੇਗੀ ਠੀਕ ਹੈ ਜੀ ਸੋ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਪੇਜ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਥੈਂਕ ਯੂ